ਦੋਸਤੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਔਰ ਵਿਚਾਰ ਵਟਾਂਦਰਾ ਕਰ ਰਹੇ ਹਾਂ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਨੂੰ ਤੁਸੀਂ ਖੁਦ ਆਪ ਹੀ ਦੱਸ ਰਹੇ ਹੋ ਆਜ਼ਾਦੀ ਦਾ ਮੀਨਿੰਗ ਕੀ ਹੈਗਾ ਆਜ਼ਾਦੀ ਦੀ ਡੈਫੀਨੇਸ਼ਨ ਕੀ ਹੈਗਾ ਤੁਹਾਡੇ ਹਿਸਾਬ ਦੇ ਨਾਲ ਮੈਂ ਵੇਖ ਪਾ ਰਿਹਾ ਤੁਸੀਂ ਮੈਨੂੰ ਕਾਲ ਕਰ ਰਹੇ ਹੋ ਜੇਕਰ ਤੁਸੀਂ ਵੀ ਮੈਨੂੰ ਦੱਸਣਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਮੈਂ ਤੁਹਾਡੀ ਕਾਲ ਜ਼ਰੂਰ ਲਵਾਂਗਾ ਔਰ ਤੁਹਾਡੇ ਵਿਚਾਰ ਜਿਹੜੇ ਨੇ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗਾ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕਿੱਥੋਂ ਬੋਲ ਰਹੇ ਹੋ ਹੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਚਾਹੋਗੇ ਦੋ ਕਾਲਾਂ ਲੱਗੇ ਇਕੱਠੇ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਬੋਲ ਰਹੇ ਤੁਸੀਂ ਹਾਂਜੀ ਜੀ ਜੀ ਕੀ ਕਹਿਣਾ ਚਾਹੋਗੇ ਹੈਲੋ ਹਾਂਜੀ ਮੈਂ ਜਨੈਲ ਸਿੰਘ ਕੁਆਂਟਰ ਤੋਂ ਬੋਲ ਰਿਹਾ ਜੀ ਜਨੈਲ ਸਿੰਘ ਜੀ ਕੀ ਕਹਿਣਾ ਚਾਹੋਗੇ ਵੀਰ ਜੀ ਆਜ਼ਾਦੀ ਉਹ ਹੈ ਜੀ ਆਪਾਂ ਨੂੰ ਗੁਰਬਾਣੀ ਚ ਵੀ ਆਉਂਦਾ ਹੈ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੀ ਜੋ ਲੈ ਹੈ ਉਹ ਨਿਜ ਬਲ ਸੇ ਲੈ ਹੈ ਜੀ ਜਿਹੜੀ ਆਪਾਂ ਨੂੰ ਆਜ਼ਾਦੀ ਮਿਲੀ ਉਹ ਚਿਤਰਾਈ ਨਾਲ ਲੈ ਗਏ ਉਹਨਾਂ ਨੇ ਭਗਤ ਸਿੰਘ ਨੂੰ ਰਾਜਗੁਰੂ ਸੁਖਦੇਵ ਨੂੰ ਚੰਦਰ ਸ਼ੇਖਰ ਨੂੰ ਚਿਤਰਾਈ ਨਾਲ ਪਾਸੇ ਕਰਤਾ ਤੇ ਰਾਜ ਆਪਣਾ ਲੈ ਲਿਆ ਉਹੀ ਗੱਲ ਹੋ ਗਈ ਨਾ ਕਿ ਉਹ ਆਸ਼ਿਕ ਸੀ ਆਜ਼ਾਦੀ ਦਾ ਉਹ ਰਸਤਾ ਨਵਾਂ ਬਣਾ ਗਿਆ ਸੀ ਕਿੰਜ ਅਣਖ ਨਾਲ ਇਹ ਜੀਣਾ ਮਿੱਤਰੋ ਸਾਨੂੰ ਉਹ ਸਿਖਾ ਗਿਆ ਸੀ ਲਾ ਕੇ ਜਿੰਦੜੀ ਦੇਸ਼ ਦੇ ਲੇਖੇ ਹੈ ਜੋ ਕਿਹਾ ਗਿਆ ਉਹ ਕਰਕੇ ਵਿਖਾ ਗਿਆ ਸੀ ਲੇਕਿਨ ਅੱਜ ਤੁਸੀਂ ਦੇਖੋ ਸਿਆਸਤਦਾਨਾਂ ਦਾ ਕੀ ਹਾਲ ਹੋਇਆ ਹੋਇਆ ਮੇਰੀ ਗੱਲ ਸੁਣ ਪੂਰੀ ਪੂਰੀ ਹੋ ਜਾਂਦੇ ਹੋ ਜੀ 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 ਪਾਕਿਸਤਾਨੀ ਲੈ ਗਏ ਪਾਕਿਸਤਾਨ ਸਾਡੇ ਕੋਲ ਰਹਿ ਗਈ 2.5 ਫੁੱਟ ਦੀ ਕਿਰਪਾਨ ਜੀ 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 ਜਦੋਂ ਗਾਂਧੀ ਨੂੰ ਕਿਹਾ ਸੀ ਵੀ ਸਾਨੂੰ ਹੱਕ ਚਾਹੀਦੇ ਉਹ ਕਹਿੰਦੇ ਤੁਸੀਂ ਆਪਦੀ ਕਿਰਪਾਨ ਨਾਲ ਲੈ ਲਿਓ ਜੀ ਜੀ ਮੈਂ ਆਪਣੇ ਸਿੱਖ ਭਰਾਵਾਂ ਨੂੰ ਇਹ ਬੇਨਤੀ ਕਰਦਾ ਉਹ ਕਿਰਪਾਨ ਵਾਲਾ ਟਾਈਮ ਨਹੀਂ ਰਿਹਾ ਹੁਣ ਏਕਤਾ ਦਾ ਨਾਲ ਸੱਚਾਈ ਨਾਲ ਇਕੱਠੇ ਹੋ ਕੇ ਮਤਲਬ ਕਿ ਸਿਆਣਫਾ ਨਾਲ ਆਪਣਾ ਜਿਹੜਾ ਰਾਜ ਹੈ ਉਸੇ ਤਰ੍ਹਾਂ ਪੰਜਾਬ ਦਾ ਰਾਜ ਲੈਣਾ ਉਹ ਇਸ ਤਰ੍ਹਾਂ ਨਹੀਂ ਇਕੱਲੇ ਇਕੱਲੇ ਤੋਂ ਹੋਣਾ ਸਾਰੇ ਇਕੱਠੇ ਹੋ ਕੇ ਆਪਣੇ ਧਰਮ ਵਾਸਤੇ ਆਪਣੇ ਘਰਾਂ ਵਾਸਤੇ ਆਪਣੇ ਪਿਛਲੇ ਪੰਜਾਬ ਵਾਸਤੇ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪਊਗਾ ਜੀ ਜੇਕਰ ਅਸੀਂ ਹੁਣ ਵਿਚਾਰਾਂ ਦੀ ਗੱਲ ਕਰੀਏ ਆਈਡੀਓਲੋਜੀ ਦੀ ਗੱਲ ਕਰੀਏ ਇੰਡੀਪੈਂਡੈਂਸ ਹਰ ਦੇਸ਼ ਦੇ ਵਿੱਚ ਆਪਣੀ ਆਪਣੀ ਗੱਲ ਰੱਖਦਾ ਔਰ ਹਰ ਦੇਸ਼ ਦੀ ਆਪਣੀ ਆਪਣੀ ਸੋਚ ਹੁੰਦੀ ਆ ਹੋਰ ਵੀ ਮੇਰੇ ਨਾਲ ਕਾਲ ਜੁੜ ਰਹੇ ਜਾਣਨ ਦੀ ਕੋਸ਼ਿਸ਼ ਕਰਦੇ ਇਸ ਮੁਤਲਕ ਉਹ ਕੀ ਕੁਝ ਕਹਿਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕਿੱਥੋਂ ਬੋਲ ਰਹੇ ਹੋ ਮੈਂ ਸਾਊਥ ਵਾਲ ਤੋਂ ਬੋਲ ਰਿਹਾ ਜੀ 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 ਕੀ ਕਹਿਣਾ ਚਾਹੋਗੇ ਮੈਂ ਆਜ਼ਾਦੀ ਬਾਰੇ ਗੱਲ ਕਰ ਰਿਹਾ ਜੀ 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 ਆਜ਼ਾਦੀ ਜੇ ਆਈ ਹੁੰਦੀ ਤਾਂ ਅਸੀਂ ਇੱਥੇ ਕਰਨੀ ਬੈਠਣਾ ਸੀ ਜੀ 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 ਕੈਨੇਡਾ ਅਮਰੀਕਾ ਥਰਡ ਕੰਟਰੀ ਜੀ ਉੱਥੇ ਦਲਿਤਾਂ ਦਾ ਕੀ ਹਾਲ ਆ ਜੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਜੀ ਆਜ਼ਾਦੀ ਇੱਕ ਹਜ਼ਾਰ ਚੋਂ ਇੱਕ ਜਾਂ ਲੱਖ ਚੋਂ ਇੱਕ ਬੰਦਾ ਜਿਹੜਾ ਅਮੀਰ ਆ ਜੀ 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 ਉਹਨੂੰ ਆਜ਼ਾਦੀ ਉਹ ਜਿਹੜਾ ਗੋਰੇ ਸੀ ਫਿਰ ਵੀ ਫੇਰ ਸੀ ਜੀ ਉੱਥੇ ਕੀ ਹੋ ਰਿਹਾ ਆਜ਼ਾਦੀ ਕੱਲ੍ਹ ਨਹੀਂ ਮਨਾਈਏ ਜੀ 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 ਇੱਥੇ ਆਜ਼ਾਦੀ ਮਨਾਉਂਦੇ ਸੀ 15 ਅਗਸਤ 26 ਜਨਵਰੀ ਜੀ ਮੈਂ ਕਦੀ ਨਹੀਂ ਮਨਾਈ ਮੈਂ ਕਿਹਾ ਰੀਜਨ ਦੱਸੋ ਕੱਲ੍ਹ ਨਹੀਂ ਮਨਾਈਏ ਜੀ ਤੁਹਾਡਾ ਖਿਆਲ ਕੀ ਆ ਜੀ ਜੀ ਬਿਲਕੁਲ ਮੈਂ ਤੁਹਾਡੀ ਗੱਲ ਤੋਂ ਬਹੁਤ ਸਹਿਮਤ ਹਾਂ ਜੀ ਮੇਰੇ ਨਾਲ ਕਾਲਰ ਜੁੜ ਰਹੇ ਨੇ ਫਿਰ ਮੈਂ ਇਸ ਗੱਲ ਦਾ ਤੁਹਾਨੂੰ ਜ਼ਰੂਰ ਆਨਸਰ ਦੇਵਾਂਗਾ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਬੋਲਦਾ ਇੱਥੋਂ ਲੰਡਨੋਂ ਜੀ ਅਤੇ ਮੈਂ ਥੋੜ੍ਹੀ ਜਿਹੀ ਆਜ਼ਾਦੀ ਵਾਸਤੇ ਜੀ ਮਾਇੰਡ ਨਾ ਕਰੋ ਮੈਂ ਆਪਦੀ ਇਨਪੁੱਟ ਦੇਵਾਂ ਥੋੜ੍ਹੀ ਜੀ 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 ਹਾਂਜੀ ਦੇਖੋ ਜੀ ਐਵਰ ਸਿੰਸ ਜਦੋਂ ਵੀ ਇਨਸਾਨ ਪੈਦਾ ਹੋਇਆ ਜਾਂ ਪਹਿਲਾਂ ਆਪਾਂ ਗੁਰ ਲਿਖਿਆ ਤੋਂ ਨਿਕਲੇ ਹੈ There is always a human control. Human control ਦੀ ਖਾਤਰ religion ਬਣੇ, faith ਬਣੇ, ਪਾਰਟੀਆਂ ਬਣੀਆਂ, they are still going on. Human control ਇਹ
ਆਪਣੀ ਇਨਸਟਿੰਕਟ ਹੈ ਜੀ ਵੀ ਮੈਂ ਦੂਜਿਆਂ ਨੂੰ ਕੰਟਰੋਲ ਕਰਾਂ ਜੀ ਕਰੇ ਇੱਕ ਟੱਬਰ ਨੂੰ ਲੈ ਲਓ ਜਿਹੜਾ ਵੱਡਾ ਭਰਾ ਕਹੋ ਮੈਂ ਵੱਡਾ ਉਹ ਤੁਸੀਂ ਮੇਰੇ ਮੂਹਰੇ ਨਾ ਬੋਲੋ ਜੀ ਸੋ ਕੁਐਸਚਨ ਇਹ ਹੈ ਵੀ ਇਹ ਕੰਟਰੋਲ ਕਿੱਥੋਂ ਤੱਕ ਜਾਣਾ ਚਾਹੀਦਾ ਕਿਵੇਂ ਡੈਮੋਕ੍ਰੈਟਿਕ ਹੈ ਕਿਵੇਂ ਨਹੀਂ ਬਾਕੀ ਤੁਸੀਂ ਇਫ ਯੂ ਟੇਕ ਟੂ ਲੈਟ ਬੀ ਮੈਨੀ ਕੰਟਰੀ ਆਈ ਮਸਟ ਸੇ ਇੰਡੀਆ ਟੂ ਸਟਾਰਟ ਵਿਦ ਇੰਡੀਆ ਹੈਜ਼ ਨੈਵਰ ਹੈਵ ਨਾ ਤਾਂ ਉਹਨਾਂ 'ਚ ਕੋਨਫੀਡੈਂਸ ਆ ਨਾ ਉਹਨਾਂ ਆਜ਼ਾਦੀ ਦੀ ਜਿਹੜੇ ਬੰਦੇ ਆਉਂਦੇ ਆ ਉਹ ਵਾਇਲੈਂਟਲੀ ਵਟ ਐਵਰ ਵੇ ਦੇ ਟਰਾਈ ਟੂ ਅਚੀਵ ਆਜ਼ਾਦੀ ਉਹਨਾਂ ਨੂੰ ਆਜ਼ਾਦੀ ਨਹੀਂ ਮਿਲਦੀ ਜਾਂ ਤਾਂ ਉਹਨਾਂ ਨੂੰ ਆਈਸੋਲੇਟ ਕੀਤਾ ਜਾਂਦਾ ਜਾਂ ਉਹਨਾਂ ਨੂੰ ਅਸੈਸੀਨੇਟ ਕੀਤਾ ਜਾਂਦਾ ਜਾਂ ਉਹਨਾਂ ਨੂੰ ਇੰਨਾ ਅੰਡਰ ਪ੍ਰੈਸ਼ਰ ਹੁਣ ਤੁਸੀਂ ਪੰਜਾਬ ਲਾ ਲਓ ਕਿਹੜੀ ਪੰਜਾਬ ਦੱਸੋ ਉੱਥੇ ਕਿਹੜੀ ਆਜ਼ਾਦੀ ਯੂ ਕਾਂਟ ਸਪੀਕ ਯੂ ਡੋਂਟ ਈਵਨ ਔਨ ਦਾ ਵੇ ਤੁਹਾਨੂੰ ਜਾਂ ਤਾਂ ਕੋਈ ਮਤਲਬ ਬਦਮਾਸ਼ ਤੁਹਾਨੂੰ ਘੇਰ ਸਕਦੇ ਹੈ ਰਿਪੋਰਟ ਕਰਨ ਜਾਂ ਤੁਹਾਨੂੰ ਵੱਡੀ ਦੇਣੀ ਪੈਂਦੀ ਹੈ ਸੋ ਇਟਸ ਵੈਰੀ ਇਮਪੋਸੀਬਲ ਫਾਰ ਇੰਡੀਆ ਟੂ ਬੀ ਆਜ਼ਾਦੀ ਆਜ਼ਾਦੀ ਤਾਂ ਨਹੀਂ ਹੋਏਗੀ ਥੋੜ੍ਹੀ ਜਿਹੀ ਜੇ ਤੁਸੀਂ ਥੋੜ੍ਹੀ ਜਿਹੀ ਤੁਹਾਨੂੰ ਅਕਲ ਹੋਊਗੀ ਬਿਲਕੁਲ ਗੱਲ ਫੈਕਟ ਜਿਹੜੀ ਤੁਸੀਂ ਗੱਲ ਕਹਿ ਰਹੇ ਬ੍ਰਾਹਮਣ ਪੁਣੇ ਸਰ ਨੂੰ ਇਫ ਯੂ ਸੋਰੀ ਟੂ ਯੂ ਨੋ ਪ੍ਰੋਲੰਗ ਥੋੜ੍ਹਾ ਜਿਹਾ ਪਹਿਲਾਂ ਸਨਾਤਨ ਧਰਮ ਹੁੰਦਾ ਸੀ ਦੂਜੇ ਮਾਜੀ ਕਿਉਂ ਬਣੇ ਕਿਉਂਕਿ ਦੇ ਵਰ ਅਡਲਟਰੇਟਡ ਮੁਸਲਮਾਨਾਂ ਚੋਂ ਉਹ ਫਿਰ ਅਡਲਟਰੇਟ ਹੋ ਗਏ ਅੱਡੋ ਅੱਡੀ ਜੇ ਹਿੰਦੂ ਹੈ ਇਹਨਾਂ ਨੇ ਇੰਨਾ ਚਿਰ ਪਹਿਲਾਂ ਹਿੰਦੂ ਤਾਂ ਨਹੀਂ ਹਿੰਦੂ ਸਨਾਤਨ ਧਰਮ ਹੀ ਹੈ ਨਾ ਯਾਰ ਸਮਝ ਲਓ ਆਪਣੇ ਢੱਕ ਕੇ ਸਾਊਥ ਨੂੰ ਪਰੇ ਕਰਤਾ ਆਪਾਂ ਆ ਗਏ ਪੰਜਾਬੀ ਗੁਰੂ ਨਾਨਕ ਨੂੰ ਕਿਉਂ ਜ਼ਰੂਰਤ ਸੀ ਪ੍ਰੀਚ ਕਰਨ ਦੀ ਪੀਸ ਐਂਡ ਹਿਊਮੈਨਿਟੀ ਗੁਰੂ ਨਾਨਕ ਦੇਵ ਜੀ ਕ੍ਰੀਏਟਡ ਹਿਊਮੈਨਿਟੀ ਅਨਪੈਰਲਡ ਇਨ ਦਾ ਵਰਲਡ ਐਂਡ ਦੈਟ ਆਪਣੇ ਗੁਰੂ ਗ੍ਰੰਥ ਸਾਹਿਬ ਇਜ਼ ਬੇਸਡ ਔਨ ਦੈਟ ਹਿਊਮੈਨਿਟੀ ਐਂਡ ਪ੍ਰੈਕਟੀਕੈਲਿਟੀ ਜੀ 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 ਸੋ ਦੀ ਓਨਲੀ ਵੇ ਇਜ਼ ਯੂ ਹੈਵ ਟੂ ਬਹੁਤ ਅੱਛਾ ਲੱਗਿਆ ਕਿ ਹੁਣੇ ਇੱਕ ਸਾਡੇ ਨਾਲ ਕਾਲਰ ਜੁੜੇ ਸੀਗੇ ਜਿਨ੍ਹਾਂ ਨੇ ਕਿਹਾ ਸੀਗਾ ਕਿ ਰੱਬ ਦਾ ਡਰ ਨਹੀਂ ਹੈਗਾ ਹੁਣ ਰੱਬ ਦੇ ਡਰ ਲੋਕਾਂ ਦੇ ਅੰਦਰ ਸਿਆਸਤਦਾਨਾਂ ਦੇ ਅੰਦਰ ਮਰ ਗਿਆ ਡਾਇਲ ਕਰ ਸਕਦੇ ਹੋ ਲਾਈਵ ਕਾਲ ਕਰਕੇ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਅਬਾਊਟ ਦਿਸ ਟੋਪਿਕ ਅੱਜ ਦੇ ਮੁੱਦੇ ਦੇ ਵਿਚਾਰ ਉੱਤੇ ਜੋ ਵੀ ਤੁਸੀਂ ਵਿਚਾਰ ਦੇਣਾ ਚਾਹੁੰਦੇ ਹੋ ਯੂ ਕੈਨ ਗਿਵ ਆਪਣਾ ਪੁਆਇੰਟ ਆਫ ਵਿਊ ਆਪਣੀ ਗੱਲ ਤੁਸੀਂ ਮੈਨੂੰ ਕਹਿ ਸਕਦੇ ਹੋ ਫਿਲਹਾਲ ਮੈਂ ਇੱਕ ਨਿੱਕੇ ਜਿਹੇ ਵਕਫੇ ਲਈ ਰੁਕ ਰਿਹਾ ਔਰ ਵਕਫੇ ਤੋਂ ਬਾਅਦ ਮੈਂ ਜ਼ਰੂਰ ਜਾਣਨਾ ਚਾਹਾਂਗਾ ਤੁਹਾਡੇ ਹਿਸਾਬ ਨਾਲ ਤੁਹਾਡੇ ਜ਼ਿਹਨ ਦੇ ਵਿੱਚ ਜੇਕਰ ਮੈਂ ਆਜ਼ਾਦੀ ਵਰਡ ਬੋਲ ਦੇਵਾਂ ਤਾਂ ਉਹ ਕੀ ਹੈ ਕਾਲ ਕਰਿਓ ਮੈਨੂੰ ਬ੍ਰੇਕ ਤੋਂ ਬਾਅਦ